ਸਤਿ ਸ੍ਰੀ ਅਕਾਲ ਜੀ ਸਾਰੇ ਹੀ ਕਿਸਾਨ ਵੀਰਾਂ ਨੂੰ ਮੈਂ ਗੋਰਾ ਸਿੰਘ ਗਰੇਵਾਲ ਪਿੰਡ ਗੁਰਾਹਾ ਸਵਾਗਤ ਕਰਦਾ ਜੀ ਪੰਜਾਬ ਫਾਰਮਰ ਚੈਨਲ ਤੇ ਤੇ ਅੱਜ ਆਪਾਂ ਗੇਤੀਆਂ ਸਬਜ਼ੀਆਂ ਦੀ ਗੱਲ ਕਰਦੇ ਆ ਜੀ ਅਗੇਤੀਆਂ ਸਬਜ਼ੀਆਂ ਤੇ ਫੰਗੀ ਸਾਈਡ ਬਾਰੇ ਤਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਸੀ ਤੇ ਜਿਹੜੀ ਹੁਣ ਪ੍ਰੋਬਲਮ ਹੈ ਜੀ ਉਹ ਹੈ ਸੁੰਡੀ ਦੀ ਬਰੀਕ ਸੁੰਡੀ ਆਈ ਹੋਈ ਜਿਹੜੀ ਜਿਹੜੀ ਫਰੂਟ ਤੇ ਡੰਗ ਮਾਰ ਕੇ ਫਰੂਟ ਨੂੰ ਖਰਾਬ ਕਰ ਰਹੀ ਹੈ ਤੇ ਫਰੂਟ ਜਿਹੜੇ ਛੋਟੇ ਚੂਨੇ ਨੇ ਉਹਨਾਂ ਨੂੰ ਖੁਰਚ ਰਹੀ ਹੈ ਕਿਉਂਕਿ ਜਦੋਂ ਆਪਾਂ ਮੰਡੀ ਵਿੱਚ ਲੈ ਕੇ ਜਾਂਦੇ ਆ ਉਹਨਾਂ ਦੀ ਜਿਹੜੀ ਸਜਾਵਟ ਹੈ ਉਹ ਖਰਾਬ ਹੋ ਜਾਂਦੀ ਹੈ ਉਹਦੇ ਨਾਲ ਤੇ ਉਹਦੇ ਵਾਸਤੇ ਜਿਹੜੀ ਆਪਾਂ ਸਪਰੇਅ ਕਰਨੀ ਹੈ ਜੀ ਆਪਾਂ ਕੋਰਾਜਨ ਵੀ ਕਰ ਸਕਦੇ ਆ ਟਕੋਮੀ ਵੀ ਕਰ ਸਕਦੇ ਆ ਫੇਮ ਵੀ ਕਰ ਸਕਦੇ ਆ ਤੇ ਹੋਰ ਵੀ ਜਿਹੜੀਆਂ ਜਿਹੜੀ ਸੁੰਡੀ ਵਾਲੀਆਂ ਆਉਂਦੀਆਂ ਨੇ ਕੈਮੀਕਲ ਦੇ ਵਿੱਚ ਉਹ ਵੀ ਕਰ ਸਕਦੇ ਆ ਜਾਂ ਫਿਰ ਆਪਾਂ ਜੇ ਆਰਗੈਨਿਕ ਦੇ ਵਿੱਚ ਕਰਨੀ ਹੈ ਆਰਗੈਨਿਕ ਦੇ ਵਿੱਚ ਆਪਾਂ ਨਿਮ ਆਇਲ ਕਈ ਕੰਪਨੀਆਂ ਦਾ ਹੁੰਦਾ ਨਿਮ ਨਿਮ ਆਇਲ ਉਹਦੀ ਵੀ ਸਪਰੇਅ ਆਪਾਂ ਕਰ ਸਕਦੇ ਆ ਤੇ ਨਾਲ ਹੀ ਜਿਹੜੀ ਪ੍ਰੋਬਲਮ ਹੈ ਲੀਫ ਮਾਈਨਰ ਦੀ ਜਿਹੜੀ ਹੈਗੀ ਹੈ சுரੰਗੀ ਕੀਟ ਦੀ ਪ੍ਰੋਬਲਮ ਹੈ ਕਿਤੇ ਕਿਤੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਤਾਂ ਫੋਨ ਆਉਂਦੇ ਨੇ ਕਹਿੰਦੇ ਬਹੁਤ ਜ਼ਿਆਦਾ ਹੈ ਤੇ ਆ ਦੇਖੋ ਤੇ ਮੈਂ ਆਪਣੇ ਖੇਤ ਦੇ ਵਿੱਚ ਸਰਵੇ ਕੀਤਾ ਤੇ ਆਪਣੇ ਖੇਤ ਦੇ ਵਿੱਚ ਮੈਨੂੰ ਇੱਕ ਦੋ ਪੱਤੇ ਆਂਤੀ ਮਿਲਿਆ ਜਿੱਥੇ ਵੀ ਮਿਲਿਆ ਇਹ ਮਰਿਆ ਹੋਇਆ ਕਿਉਂਕਿ ਇਹਦਾ ਪਤਾ ਇਸ ਤਰ੍ਹਾਂ ਲੱਗੂਗਾ ਜੇ ਤਾਂ ਸਾਨੂੰ ਜਿਆਦਾ ਭੂਰਾ ਪਣ ਲੱਗ ਰਿਹਾ ਫਿਰ ਤਾਂ ਇਹ ਜਾਉਂਦਾਗਾ ਪੀਲਾ ਪਣ ਉੱਪਰ ਲੱਗ ਰਿਹਾ ਜਿੱਥੇ ਆਪਾਂ ਸੱਪ ਦੀਆਂ ਲੈਣਾ ਜੀਆਂ ਨੇ ਹੁਣ ਇਹ ਬਿਲਕੁਲ ਕਾਲਾ ਹੋਇਆ ਪਿਆ ਜਦੋਂ ਕਾਲਾ ਹੋ ਗਿਆ ਤਾਂ ਸਮਝੋ ਇਹ ਮਰਿਆ ਹੋਇਆਗਾ ਇਹਦੇ ਵਿੱਚ ਕੋਈ ਵੀ ਜਿਹੜਾ ਅ ਸੁਰੰਗੀ ਕੀਟ ਹੈ ਜਿਉਂਦਾ ਨਹੀਂ ਹੈਗਾ ਤੇ ਇਹਦੇ ਵਾਸਤੇ ਹੁਣ ਜਿਹੜਾ ਟਾਈਮ ਹੈਗਾ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਤੇ ਹੁਣ ਜਿਹੜਾ ਮੌਸਮ ਹੈ ਥੋੜਾ ਜਿਹਾ ਵਧੀਆ ਹਲਕਾ ਠੰਡਾ ਹੈਗਾ ਮਾਰਚ ਦਾ ਮਹੀਨਾ ਹੈਗਾ ਤੇ ਗਰਮੈਸ ਜਦੋਂ ਗਰਮੈਸ ਜ਼ਿਆਦੇ ਪੈਣ ਲੱਗੀ ਉਦੋਂ ਇਹ ਵਧੂਗਾ ਹੁਣ ਤਾਂ ਇਹ ਨਾਰਮਲ ਦਵਾਈ ਅਮੀਡਾ ਦੇ ਨਾਲ ਹੀ ਠੀਕ ਹੋ ਜਾਊਗਾ ਨਾਲ ਆਪਾਂ ਅਮੀਡਾ ਵੀ ਆਪਾਂ ਵਰਤ ਸਕਦੇ ਆ ਤੇ ਜਦੋਂ ਵੀ ਕੋਈ ਫੰਗੀਸਾਈਡ ਪਾਉਣੇ ਆ ਜਾਂ ਕੋਈ ਸੁੰਡੀ ਵਾਲੀ ਪਾਉਣੇ ਆ ਤਾਂ ਉਹਦੇ ਨਾਲ ਆਪਾਂ ਮੀਡਾ ਪਾ ਕੇ ਵੀ ਕਰ ਸਕਦੇ ਹਾਂ ਇਹਦੀ ਜਿਆਦਾ ਪ੍ਰੋਬਲਮ ਹੈ ਜਿਹੜੀ ਉਹ ਅਪ੍ਰੈਲ ਮਹੀਨੇ ਦੇ ਵਿੱਚ ਜਿਆਦਾ ਸ਼ੁਰੂ ਹੁੰਦੀ ਹੈ ਉਦੋਂ ਆਪਾਂ ਇਹਤੇ ਗੱਲ ਕਰਾਂਗੇ ਜੇ ਜਿਆਦਾ ਪ੍ਰੋਬਲਮ ਹੋਈ ਤਾਂ ਉਦੋਂ ਗੱਲ ਕਰਾਂਗੇ ਪਹਿਲਾਂ ਹੀ ਕੋਈ ਜਿਆਦਾ ਇਹਦੇ ਟਰੀਟਮੈਂਟ ਕਰਨ ਦੀ ਜਿਹੜੀ ਜ਼ਰੂਰਤ ਹੈ ਨਹੀਂਗੀ ਤੇ ਬਾਕੀ ਹੁਣ ਗੱਲ ਕਰਦੇ ਹਾਂ ਜੀ ਕਈ ਵੀਰਾਂ ਦੇ ਫੋਨ ਵੀ ਆਉਂਦੇ ਨੇ ਮੈਂ ਉਹਨਾਂ ਨੂੰ ਥੋੜੀ ਜੀ ਜਾਣਕਾਰੀ ਦੇ ਦਾਂ ਜਿਹੜੇ ਥੋੜੀ ਘਰ ਦੀ ਬਾੜੀ ਲਾਉਣ ਵਾਲੇ ਨੇ ਤੇ ਜਿਹੜਾ ਇਹ ਸਾਨੂੰ ਹੁਣ ਦਿਖਾਇਆ ਜਿਹੜੇ ਇਹ ਰੇੜੂਏ ਜਿਹੇ ਹੁੰਦੇ ਨੇ ਇਹ ਮੇਲ ਫੁੱਲ ਨੇ ਜੀ ਇਹ ਸੁੱਕਦੀ ਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਦਿਖਾ ਸਕਦੇ ਹੋ ਜੀ ਇਹ ਸੁੱਕੇ ਹੋਏ ਨੇ ਸਾਰੇ ਇਹ ਮੇਲ ਫੁੱਲ ਨੇ ਜੇ ਫੇਮ ਫੀਮੇਲ ਫੁੱਲ ਸੁਕਦਾ ਮਤਲਬ ਕਿ ਚੂਣਾ ਸੁਕਦਾ ਫੁੱਲ ਤਾਂ ਦੇਖੋ ਆਹ ਦੇਖੋ ਤੁਹਾਨੂੰ ਦਿਖਾਦਾ ਇਹ ਫੀਮੇਲ ਫੁੱਲ ਹੈ ਜੇ ਇਹੇ ਸੁਕਦਾ ਤਾਂ ਪ੍ਰੋਬਲਮ ਹੈਗੀ ਆ ਤਾਂ ਇਹਦਾ ਆਪਾਂ ਨੇ ਜਿਹੜਾ ਇਲਾਜ ਹੈ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸੀ ਹੋਇਆਗਾ ਤੇ ਇਹ ਬਿਲਕੁਲ ਤੰਦਰੁਸਤ ਹੈ ਜੀ ਕਿਤੇ ਵੀ ਕੋਈ ਸ਼ਿਕਾਇਤ ਨਹੀਂ ਆ ਦੇਖ ਸਕਦੇ ਹੋ ਤੁਸੀਂ ਫੁੱਲ ਤਾਂ ਇਹਦਾ ਉੱਪਰ ਨਾਲ ਸੁੱਕਣਾ ਹੀ ਆ ਦੇਖੋ ਇਨੇ ਵੱਡਾ ਹੋਈ ਜਾਣਾ ਜਿਹੜਾ ਛੋਟੇ ਕਿਸਾਨ ਵੀਰ ਨੇ ਜਿਨੇ ਆਪਦੇ ਘਰ ਵਾਸਤੇ ਬਾੜੀ ਲਾਉਂਦੇ ਨੇ ਤੇ ਉਹ ਕੀ ਕਰਨ ਉਹਦੇ ਵਾਸਤੇ ਵੀ ਤੁਹਾਨੂੰ ਹੱਲ ਦੱਸਦੇ ਆ ਉਹਨੂੰ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਜੇ ਕੋਈ ਕੀਟਨਾਸ਼ਕ ਹੈ ਮਾੜੀ-ਮੁੱਟੀ ਆਪ ਹੀ ਮਾਰਦਿਆ ਕਰੋ ਜਿਹੜਾ ਕੋਈ ਤੇਲਾ-ਤੂਲਾ ਜਾਂ ਹੱਥ ਨਾਲ ਹੀ ਠੀਕ ਕਰ ਸਕਦੇ ਹੋ ਜਿਸ ਤਰ੍ਹਾਂ ਆਪਾਂ ਆ ਦੇਖੀਏ ਥੋੜੀਆਂ ਬੇਲਾਂ ਦੀ ਜਦੋਂ ਘਰੀ ਖਾਣੀ ਆਪਾਂ ਕੀ ਸਪਰੇਅ ਢੋਲੀ ਚੱਕਣ ਦੀ ਲੋੜ ਆ ਤੇ ਇਹਦਾ ਜਿਹੜੀ ਕਰਾਸਿੰਗ ਕਰਾਉਣੀ ਹੈ ਵੀ ਫੁੱਲ ਨਾ ਸੁੱਕੇ ਦੇਖੋ ਮੈਂ ਤੁਹਾਨੂੰ ਦਿਖਾ ਦੇਵਾਂ ਇਹ ਫੁੱਲ ਨੂੰ ਦੇਖੋ ਮੈਂ ਦੁਬਾਰੇ ਤੁਹਾਨੂੰ ਦਿਖਾਉਣਾ ਇਹ ਫੁੱਲ ਨੂੰ ਤੁਸੀਂ ਇੱਥੋਂ ਉਹ ਕਰ ਲਓ ਇਹਦੀ ਕ੍ਰੋਸਿੰਗ ਕਰਾ ਦਿਓ ਜਿਸ ਤਰ੍ਹਾਂ ਕੋਈ ਵਧੀਆ ਫੁੱਲ ਖਿੜਿਆ ਹੋਇਆ ਹੈਗਾ ਇਹਦੇ ਉੱਪਰ ਇਹ ਫੁੱਲ ਥੋੜਾ ਜਿਹਾ ਘੱਟ ਖਿੜਿਆ ਹੋਇਆ ਸੀਗਾ ਜਦੋਂ ਫੁੱਲ ਚੂਨਾ ਛੋਟਾ ਹੁੰਦਾ ਤਾਂ ਉਹਨੂੰ ਫੜ ਕੇ ਕਈ ਫੁੱਲਾਂ ਤੇ ਇਸ ਤਰ੍ਹਾਂ ਘੁਮਾ ਦਿਓ ਜਿਸ ਤਰ੍ਹਾਂ ਇਸ ਤਰ੍ਹਾਂ ਇਹਦੀ ਕ੍ਰੋਸਿੰਗ ਹੋ ਜੂਗੀ ਤੇ ਜਿਹੜਾ ਇਹ ਕਾਮਯਾਬ ਹੋ ਜੂਗਾ ਤੇ ਫਲ ਵੀ ਜਿਹੜਾ ਹੈਗਾਗਾ ਇਹ ਬੇਲ ਜਾਦੇ ਚੱਕੂਗੀ ਇਹਦੇ ਨਾਲ ਤੇ ਥੋੜੀ-ਮੋਟੀ ਖਾਤਰ ਤੁਸੀਂ ਸਪਰੇਅ ਨਾ ਕਰਿਆ ਕਰੋ ਜਿਹੜੇ ਤੁਸੀਂ ਬਾੜੀ ਆਮ ਲਾਉਨੇ ਹੋ ਤਾਂ ਤੁਸੀਂ ਆਪਦਾ ਜਿਹੜੀ ਸੁੰਡੀ ਸਾਂਡੀ ਹੁੰਦੀ ਹੈ ਉਹਨੂੰ ਹੱਥਾਂ ਨਾਲ ਵੀ ਮਾਰ ਸਕਦੇ ਹੋ ਤੇ ਕ੍ਰੋਸਿੰਗ ਵੀ ਕਰ ਸਕਦੇ ਹੋ ਤੇ ਬਾਕੀ ਜੇ ਜ਼ਰੂਰਤ ਹੈ ਤਾਂ ਫੰਗੀਸਾਈਡ ਵੀਡੀਓ ਦੇ ਵਿੱਚ ਆਪਾਂ ਨੇ ਦੱਸੀ ਹੋਈਆਂ ਨੇ ਸੁੰਡੀ ਵਾਲੀਆਂ ਦਵਾਈਆਂ ਵੀ ਦੱਸੀ ਹੋਈਆਂ ਨੇ ਤੁਸੀਂ ਵੀ ਉਸੇ ਤਰ੍ਹਾਂ ਹੀ ਕਰ ਸਕਦੇ ਹੋ ਤੇ ਬਾਕੀ ਘਬਰਾਉਣ ਦੀ ਲੋੜ ਨਹੀਂ ਜੀ ਹੁਣ ਕੋਈ ਐਡੀ ਕੋਈ ਜ਼ਿਆਦਾ ਕੋਈ ਬਿਮਾਰੀ ਨਹੀਂ ਨਾਰਮਲ ਇੱਕ ਸਪਰੇਅ ਕਰ ਦੋ ਤੇ ਫੰਗੀਸਾਈਡ ਦੀ ਜੇ ਜ਼ਰੂਰਤ ਹੈਗੀ ਹੈ ਤਾਂ ਤੁਸੀਂ ਕਰ ਸਕਦੇ ਹੋ ਨਹੀਂ ਜ਼ਿਆਦਾ ਜ਼ਰੂਰਤ ਨਹੀਂ ਮੈਨੂੰ ਹੁਣ ਹੋ ਗਏ ਜੀ 12 ਦਿਨ ਹੋ ਗਏ ਫੰਗੀਸਾਈਡ ਜਿਹੜੀ ਸਪਰੇਅ ਕੀਤੀ ਨੂੰ ਬੋਰਨ ਕੈਲਸ਼ੀਅਮ ਨੂੰ ਵੀ ਮੈਨੂੰ ਘੱਟੋ ਘੱਟ ਹੋ ਗਏ ਜੀ 15 ਦਿਨ ਤੇ ਹੁਣ ਹਲੇ ਮੈਂ ਤੇ ਕਮ ਸੇ ਕਮ ਇੱਕ ਹਫਤਾ ਕੋਈ ਸਪਰੇਅ ਨਹੀਂ ਕਰਦਾ ਇੱਕ ਸੁੰਡੀ ਵਾਲੀ ਜਿਹੜੀ ਸੁੰਡੀ ਤੁਹਾਨੂੰ ਦੱਸੀ ਹੈ ਸੁੰਡੀ ਵਾਲੀ ਜ਼ਰੂਰ ਕਰੂੰਗਾ ਕਿਉਂਕਿ ਉਹ ਫਰੂਟ ਖਰਾਬ ਕਰ ਧੰਨਵਾਦ